ਅੱਜ ਇੱਥੇ ਮੈਲਬੌਰਨ ਕ੍ਰਿਕਟ ਗਰਾਊਂਡ ਛੋਟੇ ਹੋਣ ਤੋਂ ਕ੍ਰਿਕਟ ਬਹੁਤ ਦੇਖੀ ਹੈ ਅਮੈਰੀਕਾ ਜਾ ਕੇ ਤੇ ਇੰਨਾ ਖੇਡੇ ਨਹੀਂ ਤੇ ਨਾ ਹੀ ਵੇਖੀ ਹੈ ਕਿਉਂਕਿ ਅਮੈਰੀਕਾ ਆ ਕੇ ਲੱਗਾ ਕਿ ਹੋਰ ਹੀ ਬੜੀਆਂ ਖੇਡਾਂ ਨੇ ਅਸੀਂ ਵੱਡੇ ਵੱਡੇ ਸਟੇਡੀਅਮ ਬਣਾਏ ਨੇ ਕ੍ਰਿਕਟ ਦੇ ਪਰ ਹੋਰ ਬਹੁਤ ਖੇਡਾਂ ਨੇ ਜਿਹੜੀਆਂ ਥਾਂ ਘੱਟ ਖੇਡਦੀਆਂ ਨੇ ਪਰ ਫਿਰ ਵੀ ਇੱਕ ਮਨ 'ਚ ਚਾਹਤ ਸੀ ਸਵੇਰੇ 2 ਵਜੇ ਉੱਠ ਕੇ ਕ੍ਰਿਕਟ ਮੈਚ ਵੇਖੀਦੇ ਸੀ 1-1 ਵਜੇ 3-3 ਵਜੇ ਕਿਉਂਕਿ ਟਾਈਮ ਡਿਫਰੈਂਸ ਵੀ ਹੈਗਾ ਪਰ ਅੱਜ ਚਲੋ ਇੱਥੇ ਪਹਿਲਾਂ ਬਾਹਰ ਸ਼ੇਨ ਵਾਨ ਦਾ ਸਟੈਚੂ ਅਤੇ ਬਾਹਰ ਉਹ ਸਟੇਡੀਅਮ ਦੇਖਿਆ ਅਤੇ ਇੱਥੇ ਕੈਫੇਟੇਰੀਆ ਵਿੱਚ ਦੇਖ ਰਹੇ ਹਾਂ ਪਰ ਇੱਥੇ ਇੱਕ ਟੂਰ ਵੀ ਹੈਗਾ ਜਿਹੜੇ ਇੱਥੇ ਆਉਣਾ ਚਾਹਣ ਅਤੇ $30 ਦਾ ਇੱਥੇ ਇੱਕ ਮਿਊਜ਼ੀਅਮ ਦਾ ਅਤੇ ਇੱਥੇ ਟੂਰ ਦਿੰਦੇ ਨੇ 1 ਘੰਟੇ ਦਾ ਪੂਰਾ ਸਟੇਡੀਅਮ ਦਿਖਾਉਂਦੇ ਨੇ ਸੋ ਸਾਡੇ ਕੋਲ ਇੰਨਾ ਸਮਾਂ ਨਹੀਂ ਸੀ ਕਿ ਅਸੀਂ ਦੇਖ ਸਕੀਏ ਪਰ ਬੜਾ ਵਧੀਆ ਲੱਗਾ ਕਿ ਛੋਟੇ ਹੋਣ ਆਪਾਂ ਜਿਹੜਾ ਮੈਲਬੌਰਨ ਕ੍ਰਿਕਟ ਗਰਾਊਂਡ ਬੜਾ ਸੁਣਿਆ ਸੀਗਾ ਅਤੇ ਕਦੀ ਸੋਚਿਆ ਨਹੀਂ ਸੀ ਕਿ ਆਵਾਂਗੇ ਪਰ ਅੱਜ ਚੰਗਾ ਲੱਗਾ ਕਿ ਇੱਥੇ ਪਹੁੰਚ ਗਏ ਹਾਂ ਅਤੇ ਉਮੀਦ ਹੈ ਕਿ ਕਿਸੇ ਦਿਨ ਸ਼ਾਇਦ ਮੈਲਬੌਰਨ ਕ੍ਰਿਕਟ ਦਾ ਮੈਚ ਵੀ ਵੇਖਾਂਗੇ ਇੱਥੇ ਇੱਕ ਨਵੀਂ ਚੀਜ਼ ਸ਼ੁਰੂ ਹੋਈ ਹੈ ਤੁਸੀਂ ਦਿਖਾ ਸਕਦੇ ਇੱਥੇ ਫੁੱਟੀ ਰਗਬੀ ਦੇ ਵਾਂਗ ਇੱਥੇ ਇੱਕ ਫੁੱਟੀ ਗੇਮ ਸ਼ੁਰੂ ਕੀਤੀ ਹੈ ਅਤੇ ਪਿੱਚ ਜਿਹੜੀ ਹੈ ਉਹ ਬਾਹਰ ਲੈ ਜਾਂਦੇ ਨੇ ਸੋ ਦੈਨ ਦੇ ਬ੍ਰਿੰਗ ਦ ਪਿੱਚ ਬੈਕ ਹੇਅਰ ਐਂਡ ਦੈਨ ਦੈਟਸ ਹਾਊ ਦੇ ਆਰ ਡੂਇੰਗ ਇਟ ਚੰਗਾ ਜੀ ਸਤਿ ਸ਼੍ਰੀ ਅਕਾਲ